वेलकम गाइस, गुरु रंधावा ब्लॉग्स में एक बार फिर से आपका स्वागत है। सबसे पहले आपको हैप्पी होली, होली की बहुत बहुत ज़्यादा मुबारक आप सबको। होप कि आप सब अपने घर पे होली मना रहे हो, अपनी फैमिली के साथ, अपने फ्रेंड्स के साथ, सबके साथ आप होली मना रहे होंगे। तो काफ़ी खुशी का माहौल है, बट इन खुशी के लम्हों में कहीं ना कहीं कुछ इंसान ऐसे भी हैं जो अपने परिवार से बहुत दूर हैं और जिनको बहुत ज़रूरत है अपनी फैमिली की। तो एक इसी तरह की वीडियो लेकर मैं आज फिर से हाजिर हुई हूँ आपके सामने, एक रिएक्शन वीडियो लेकर हाजिर हुई हूँ। मानवता की सेवा की तरफ से ये फिर से एक वीडियो है। तो चलिए पहले हम वीडियो देख लेते हैं, उसके बाद ही हम डिस्कशन करेंगे। ਉਦਣ ਵੀ ਆਪਾਂ ਗੱਲ ਕੀਤੀ ਰੋਣਾ ਨੀ ਤੂੰ ਰੋਣ ਮਗੇ ਰਿਓ ਮੇ ਆਉਣਗੇ ਬਾਪੂ ਲੈਣ ਉਦਣ ਵੀ ਤੇਰੇ ਬੇਟੇ ਨਾਲ ਵੀ ਗੱਲ ਹੋਈ ਆ ਤੇਰੇ ਵਾਈਫ ਨਾਲ ਵੀ ਗੱਲ ਹੋਈ ਆ ਬੇਈਮਾਨ ਨੇ ਆਉਣਗੇ ਕੋਈ ਨਾ ਆਉਣਗੇ ਕੋਈ ਨਾ ਆਉਣਗੇ ਬੇਈਮਾਨ ਨਹੀਂ ਹੈਗੇ ਆਉਣਗੇ ਫੋਨ ਨੰਬਰ ਦੇ ਦੇ ਹਾਂ ਫੋਨ ਨੰਬਰ ਦੇ ਦਿੰਦੇ ਹਾਂ ਫੋਨ ਨੰਬਰ ਦੇ ਦਿਓ ਫੋਨ ਨੰਬਰ ਲੈ ਚੰਗੀ ਤਰ੍ਹਾਂ ਕੰਨ ਖਿੱਚ ਦੇ ਦਿੰਦੇ ਦੇ ਦਿੰਦੇ ਮੈਂ ਤੇਰੀ ਗੱਲ ਹੀ ਕਰਾ ਦੂੰਗਾ ਬਾਪੂ ਰੋਣਾ ਨਹੀਂ ਤੇ ਫੋਨ ਨੰਬਰ ਦੇ ਦੇ ਮੈਂ ਜਿੰਨੀ ਦਫਾ ਮਰਜ਼ੀ ਕਰ ਲਾਂ ਠੀਕ ਹੈ ਬਾਪੂ ਠੀਕ ਹੈ ਨੰਬਰ ਦੇ ਦਿੰਦੇ ਨੰਬਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 8 ਵਜੇ ਕੈਂਟੀ ਜੀ ਮੈਨੂੰ ਪਹੁੰਚਾ ਸਕਦੇ ਹੋ ਇਹਨਾਂ ਦੀ ਫੈਮਿਲੀ ਨੂੰ ਬੇਨਤੀ ਹੈ ਜੀ ਇਹਨਾਂ ਦੇ ਵਾਈਫ ਨੂੰ ਇਹਨਾਂ ਦੇ ਬੇਟਾ ਬੇਟੀ ਸਾਰੇ ਵਧੀਆ ਰਾਸਤੇ ਹੱਸਦੇ ਘਰੇ ਵਧੀਆ ਜ਼ਿੰਦਗੀ ਜਿਉਂਦੇ ਆ ਸਾਰਾ ਕੁਝ ਕੰਮ ਕਾਰ ਚੱਲਦੇ ਆ ਉਹਨਾਂ ਦੇ ਆਉਂਦੇ ਆ ਇੱਥੇ ਆ ਕੇ ਗਏ ਆ ਹੁਣ ਉਹਨੂੰ ਵੀ ਹਟ ਚੱਲੇ ਆ ਤੇ ਹੁਣ ਇਹ ਬਾਪੂ ਰੋਂਦਾ ਰਹਿੰਦਾ ਵੀ ਮੈਂ ਘਰੇ ਜਾਣਾ ਹੁਣ ਤੁਰਨ ਫਿਰਨ ਲੱਗ ਗਿਆ ਬਾਪੂ ਜਮਾ ਹਨਾ ਤੇ ਜੇ ਫੇਰ ਜਮਾ ਹੀ ਉਹਨੂੰ ਮੰਜੇ ਤੇ ਪਾਉਣਾ ਜੇ ਤੁਸੀਂ ਫੇਰ ਉਹਨੂੰ ਆਹੀ ਰੋ ਰੋ ਕੇ ਉਹ ਵਿਚਾਰਾ ਫੇਰ ਉਹੀ ਹਾਲਾਤ ਚ ਚਲੇ ਜਾਵੇ ਤੁਸੀਂ ਚਾਹੁੰਦੇ ਹੋ ਫੇਰ ਤਾਂ ਤੁਹਾਡੀ ਮਰਜ਼ੀ ਹੈ ਬਾਈ ਨਹੀਂ ਤਾਂ ਹੁਣ ਆ ਕੇ ਤੁਸੀਂ ਲੈ ਕੇ ਜਾਵੋ ਇਹ ਹੁਣ ਬਾਪੂ ਬਹੁਤ ਤੰਗ ਆ ਬਹੁਤ ਜ਼ਿਆਦਾ ਘਰਦਿਆਂ ਨੂੰ ਇਹ ਬੰਦੇ ਨੂੰ ਨਾ ਆਪਣੇ ਬੱਚਿਆਂ ਦੇ ਆਪਣੇ ਪੋਤੇ ਪੋਤੀਆਂ ਦੀ ਦੋਹਤੇ ਦੋਹਤੀਆਂ ਚ ਬੈਠ ਕੇ ਜਾ ਕੇ ਜਿਹੜੀ ਲਾਲਸਾ ਹੁੰਦੀ ਆ ਨਾ ਬਜ਼ੁਰਗਾਂ ਨੂੰ ਉਹ ਹਰ ਇੱਕ ਨੂੰ ਆ ਤੁਹਾਡੇ ਤੇ ਵੀ ਇਹ ਸਮਾਂ ਆਉਣਾ ਵਾ ਤੇ ਬਾਪੂ ਰਾਮ ਪ੍ਰਕਾਸ਼ ਨੂੰ ਜ਼ਰੂਰ ਅਸੀਂ ਬੇਨਤੀ ਕਰਦੇ ਇਹਨਾਂ ਦੇ ਪਰਿਵਾਰ ਨੂੰ ਲੈ ਕੇ ਜਾਵੋ ਜਦੋਂ ਠੀਕ ਹੈ ਸੜਕ ਤੇ ਪਿਆ ਸੀ ਚੂੜਾ ਟੁੱਟਿਆ ਹੋਇਆ ਸੀ ਅਸੀਂ ਉੱਥੋਂ ਲੈ ਆਏ ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਪਰਿਵਾਰ ਵੀ ਹੈਗਾ ਪਿੱਛੇ ਪਰ ਜਦੋਂ ਅਸੀਂ ਲੈ ਕੇ ਆਏ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਪਿੱਛੇ ਸਾਰਾ ਕੁਝ ਹੈਗਾ ਸਭ ਕੁਝ ਉਹਨਾਂ ਕੋਲੇ ਹੈਗਾ ਵਾ ਪੈਸਾ ਧੇਲਾ ਪਰ ਫਿਰ ਵੀ ਸਾਡੀ ਡਿਊਟੀ ਬਾਬਾ ਜੀ ਨੇ ਜਿਹੜੀ ਲਾਈ ਅਸੀਂ ਨਿਭਾਤੀ ਸੱਚੇ ਪਾਤਸ਼ਾਹ ਨੇ ਜਿੰਨੀ ਕੁ ਸਾਡੇ ਤੋਂ ਸੇਵਾ ਲਈ ਅਸੀਂ ਕਰ ਲਈ ਪਰ ਹੁਣ ਬਾਪੂ ਨਹੀਂ ਰਹਿਣਾ ਚਾਹੁੰਦਾ ਅਸੀਂ ਨਹੀਂ ਚਾਹੁੰਦੇ ਬਾਪੂ ਜਾਵੇ ਪਰ ਬਾਪੂ ਕਹਿੰਦਾ ਮੈਂ ਆਪਣੇ ਘਰੇ ਜਾਣਾ ਪੋਤੇ ਪੋਤੀਆਂ ਚ ਤੇ ਬੇਨਤੀ ਆ ਜ਼ਰੂਰ ਆ ਕੇ ਲੈ ਕੇ ਜਾਓ ਭਾਈ ਇਹਨੂੰ ਮਿਲ ਕੇ ਵੀ ਜਾਓ ਨਾਲ ਇਹਨੂੰ ਲੈ ਕੇ ਵੀ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਰਕ ਕੀ ਫਰਕ ਪੈਣਾ ਤੁਸੀਂ ਇੰਨਾ ਦਾਨ ਕਰਦੇ 200 ਰੁਪਇਆ ਖਰਚ ਨਹੀਂ ਸਕਦੇ ਨਹੀਂ ਬਾਪੂ 200 ਦੀ ਕਿਹੜੀ ਗੱਲ ਆ ਯਾਰ ਮੈਂ ਤਾਂ ਬਾਪੂ ਇਕੱਲੇ ਨੂੰ ਨਹੀਂ ਭੇਜਣਾ ਚਾਹੁੰਦਾ ਤੈਨੂੰ ਮੇਰਾ ਕੀ ਕੀ ਬਿਗਾੜ ਲੈਣਾ ਮੈਂ ਇਕੱਲੇ ਨੂੰ ਜਾਵਾਂਗਾ ਮੇਰਾ ਕੀ ਉਹਨਾਂ ਨੇ ਘਰੇ ਨਾ ਵੜਨ ਦਿੱਤਾ ਬਾਪੂ ਰੋ ਜਾਏਗਾ ਵਾਹ ਜੀ ਵਾਹ ਮੇਰਾ ਮਕਾਨ ਵੜਨ ਨਹੀਂ ਆਣਗੇ ਮੈਨੂੰ ਲੁੱਟ ਪੈ ਜੇ ਮੇਰੇ ਹਿਸਾਬ ਨਾਲ ਮੈਨੂੰ ਉਦਾਂ ਹੀ ਖਾ ਜਾਣਗੇ ਕੋਈ ਨਾ ਮੈਂ ਬੁਲਾਉਣਾ ਉਹਨਾਂ ਨੂੰ ਭੇਜਦਾ ਵਾ ਭੇ ਪੱਕਾ ਤੇਰੇ ਨਾਲ ਵਾਅਦਾ ਵਾ ਆਪਣੀ 19 ਤਰੀਕ ਦਾ ਭੋਗ ਆ ਪਰਸੋਂ ਨੂੰ ਅਨਪੜਦਾ ਭੋਗ ਤੋਂ ਬਾਅਦ ਤੈਨੂੰ ਮੈਂ ਪੱਕਾ ਭੇਜੂ ਚਾਹੇ ਮੈਂ ਆਪ ਛੱਡ ਕੇ ਆਵਾਂ ਆਪਾਂ ਚੱਲਾਂਗੇ ਤੇਰੇ ਨਾਲ ਵਾਅਦਾ ਮੈਂ ਲੈ ਕੇ ਚੱਲੂ ਤੈਨੂੰ ਗੱਡੀ ਤੇ ਕਾਕਾ ਨੋਟ ਕਰ ਲਾ ਆਪਾਂ ਜਾਣਾ ਵਾ ਉਹ ਕਾਕਾ ਨੋਟ ਕਰ ਲਾ ਬਾਪੂ ਨੂੰ ਲੈ ਕੇ ਜਾਣਾ ਆਪਾਂ 20 ਤਰੀਕ ਨੂੰ ਘਰੇ ਇਹਦੇ ਛੱਡ ਕੇ ਆਉਣਾ ਜੇ ਉਹ ਨਹੀਂ ਆਉਂਦੇ ਨਾ ਲੈਣ ਆਪਾਂ ਚੱਲਾਂਗੇ ਲੈ ਕੇ ਠੀਕ ਹੈ ਬਾਪੂ ਠੀਕ ਹੈ ਜੀ ਕੋਈ ਨਾ ਆਪਾਂ ਚੱਲਾਂਗੇ ਕਰਾਂਗੇ ਲੋਟ ਉਹਨਾਂ ਨੂੰ तो आपने देखा एक बुज़ुर्ग इंसान का दर्द, अपनी फैमिली को मिलने के लिए वो कितना तड़प रहा है। लेकिन खूब है वो इंसान भी जिन्होंने इनको ऐसे छोड़ा हुआ है। क्या मजबूरी है उनकी या उन्होंने जानबूझ के ये सब किया है, कुछ भी नहीं पता, पर हो बहुत गलत रहा है ये। तो आप भी मुझे बताएं कि क्या ऐसा होना चाहिए बुज़ुर्गों के साथ। ठीक है, उनको भी प्यार चाहिए, उनका भी दिल करता है अपनी फैमिली के साथ टाइम स्पेंड करना। ये बच्चों की जिम्मेदारी होती है कि जब जब उनके माँ बाप बूढ़े हो जाते हैं तो वो उनको कैसे केयर करें। माँ बाप भी तो होते हैं, उन्होंने भी तो अपने बच्चों को पाला होता है, पर फिर भी बच्चे क्यों भूल जाते हैं ये सब बातें। कहीं ना कहीं दिल को बहुत ज़्यादा दुखी करने वाली बात है ये कि वो इंसान कितना मतलब अंदर से तड़प रहा है कि उसको अपने परिवार से मिलना है, अपने घर जाना है। उसका अच्छा खासा परिवार भी है, फिर भी वो उन्हें लेने नहीं आ रहे। तो क्या वजह हो सकती है इसके पीछे, वो मुझे नहीं पता।
लेकिन जल्दी ही मैं अगली वीडियो में आपको ये शो कर दूंगी कि क्या रीज़न है और क्या जे बाबा अपने घर जाते हैं या नहीं, और जाने के बाद क्या रिएक्शन उनकी फैमिली का है। ये सब कुछ मैं अगली वीडियो में आपके सामने लेकर हाजिर हो जाऊंगी जल्दी से ही। तो आप मुझे बताइएगा कि ये मेरी वीडियो आपको कैसी लगी। लाइक मेरा पहला रिएक्शन अकेले में अपने हस्बैंड के बिना है, तो कैसा लगा आपको वो भी मुझे बताइएगा। और मेरे चैनल को लाइक और सब्सक्राइब भी कर दीजिएगा, वो मुझे बहुत ज़रूरी है आपकी सपोर्ट। तो जल्दी ही मिलेंगे नेक्स्ट वीडियो के साथ, देखेंगे कि ये बाबा जी जो हैं अपने घर पहुँचे या नहीं। तो अगेन आपको होली की बहुत बहुत मुबारक। थैंक यू सो मच।